ਬਾਲੇ ਘਟਾ ਵੀਰੇ ਕਿੰਨੇ ਘਟ ਗਏ ਤੂੰ ਦੁਗਣੇ ਲੱਤੀ ਹੋਈ ਹੈ ਓਹੋ ਨਹੀਂ ਚੱਲ ਚੱਲ ਸਿਰਾ ਲਾਈ ਜਾਂਦਾ ਤੇ ਇਹ ਮੁੰਡਾ ਦੇਖ ਲੈ ਬਾਈ ਇੱਧਰ 133 ਰਨ ਹੋ ਗਏ ਦੋ ਆਊਟ ਨੇ ਬੰਦੇ ਓ ਯਾਰ ਕਾਹਨੂੰ ਤੂੰ ਹੋ ਕਰੀ ਜਾਂਦਾ ਕੀ ਕਹਿਣਾ ਜਾਇ ਤਾਂ ਗਿਆ देख भाई पांच चार बोली रह गई देखनी है अच्छा देखनी वा चक फिर 10,000 बकरी चलो थले साजू की दिमाग साडा तेरा बकरी लेके जाओ फटा फटा ਇੱਧਰ ਆ ਜਾ ਬਾਈ ਇੱਧਰ ਆ ਕੇ ਸੌਦਾ ਕਰ ਸਾਡੇ ਨਾਲ ਆ ਜਾ ਅੱਛਾ ਕਿੰਨੇ ਬੱਚੇ ਦੇ ਬੱਚੇ ਨਾਲ ਨੇ ਹਾਂ ਨਾਲ ਨੇ ਕਿੰਨੇ ਬੱਚੇ ਨੇ ਚਾਚਾ ਦੋ ਆ ਜਾ ਚਾਚਾ ਨੇ ਬੋਲਣਾ ਕਿੰਨੇ ਪੈਸੇ 85 ਯਾਰ ਕਾਹ ਓਏ ਮੈਂ ਕੀ ਕਰਦਾ ਮਜ਼ਾਕ ਕਰ ਮਜ਼ਾਕ ਥੋੜੀ ਅੱਜ ਲੇਟ ਹੋ ਗਏ ਮੰਡੀ ਦੇ ਵਿੱਚ ਇੱਕ ਉਹ ਸਾਨੂੰ ਮੂਡ ਆਇਆ ਹੀ ਨਹੀਂ ਪਲਾ ਪੱਠਾਂ ਬੜੇ ਕੰਮ ਯਾਰ ਆ ਬੰਦੇ ਨਾਲ ਮਜ਼ਾਕ ਕਰਦੇ ਚੰਗੇ ਲੱਗਦੇ ਸੀ ਯਾਰ ਇਹਦੇ ਨਾਲ ਹੋਰ ਮਜ਼ਾਕ ਹੁਣ ਕਿੱਧਰ ਫੇਰ ਮੁੱਲ ਕਰਿਆ ਸਹੀ ਕਿੰਨਾ ਕਰੇ ਕਿੰਨਾ ਕਰਿਆ 85,000 ਇੱਕ ਦਾ ਇੱਕ ਦਾ एक मिनट 85 भी छड़ दे फिर ए जेड़ा कहंदा गा ओह जे कर 80,000 दी लै जाओ जी चढ़ांगे आ जा ਪੈਸੇ ਲਾਵਾਂਗੇ 80,000 ਦੀ ਦੇਣੀ ਹੈ ਜੀ 35 ਬੱਕਰੀ ਪਾਏ ਨਹੀਂ ਪੈਣੀ ਓ ਨਹੀਂ ਪੈਣੀ ਮਾਮਾ 30,000 ਦੀ ਪੱਟੀ ਚ ਕਾ ਮਾਲ ਵੇਚਣਾ ਮੈਂ ਚਲ ਕੋਈ ਨਹੀਂ ਹੋਣਾ ਨਹੀਂ ਹੋਣਾ ਪੈਣੀ ਪੱਟੀ ਚ ਮਾਰਾ ਨਹੀਂ ਪੈਣੀ ਆਇਆ ਮੈਨੂੰ ਪਤਾ ਹੈ ਆਪਾਂ ਲਾਈ 23 ਤੋਂ 35 ਦਾ ਹਾਂ ਜੇ ਜਾਂਦੇ ਜੇ ਤੁਹਾਨੂੰ ਲੈਣੀ ਆ ਰੁਪਈਆ ਆਪਣੀ ਯਾਰ ਇਹ ਕਿਹੜਾ ਮੰਨੀ ਜਾਂਦਾ ਹੈ ਜੇ ਚਲ ਮੰਨੇ ਨੂੰ ਨਾ ਸੀ ਆਪਾਂ ਅਗਲੇ ਨਾਲ ਉਹ ਨਹੀਂ ਨਾ ਕਰਦੇ ਅਗਲੇ ਨੂੰ ਆਪਾਂ ਦੇਖ ਮੈਂ ਹਰੇਕ ਨੂੰ ਵਾਜਿਬ ਰੇਟ ਨਾਲ ਮਾਲ ਲੈ ਕੇ ਆਣਾ ਅਗਲੇ ਨੂੰ ਆਪਾਂ ਪਹਿਲੇ ਡੈਡ ਕਰਾਤਾ ਮਿੱਠੂ ਦੇਖਦਾ ਨਹੀਂ ਕੋਈ ਨਾ ਕਹਿਦਾ ਸੁਣ ਲੈ ਕਹਿਤਾ ਅਗਲੇ ਨੇ ਹੁਣ 30,000 ਦੀ ਪੱਟੀ ਮਾਲ ਪਾਉਣੀ ਅਗਲੇ ਨੂੰ ਆਪਾਂ 10 ਬੱਕਰੀ ਇਹ ਨਹੀਂ ਪੈਣੀ ਵੀਰੇ 30-35 ਵਾਲੀ ਪੱਟੀ ਮੈਨੂੰ ਪਤਾ ਨਾ ਬਾਈ ਨਹੀਂ ਹੁੰਦੀਆਂ ਨਾ ਬੱਕਰੀਆਂ ਓਏ ਲਈਆਂ ਹੋਣੀਆਂ ਫਿਰ ਮੈਨੂੰ ਪਤਾ ਨਾ ਮੇਰੀ ਖਰੀਦ ਉੱਤੀ ਕਰੀ ਹੋਈ ਆ ਕਹਿਦਾ 35 ਤੇਲੇ 35 ਦੀ ਪਾਲ ਬੱਕਰਾ ਪਾ ਨਹੀਂ ਪੈਣੀ ਨਹੀਂ ਪੈਂਦੀ ਮਿੱਠੂ ਦੀ ਆਪਾਂ ਇਹ ਨਹੀਂ ਪਾਲ ਦੇ ਚਾਚਾ ਜੀ 35 ਦੀ ਵੀ ਨਹੀਂ ਦੇਣੀ ਬਾਈ 50 ਦੀ ਵੀ ਨਹੀਂ ਦੇਣੀ ਗੱਲ ਖਤਮ ਕਰ ਅੱਛਾ ਹਾਂਜੀ ਲੈ ਬੱਕਰੀ ਬਣਦੀ ਤਣਦੀ ਹੈ ਚੰਗੇ ਕੱਦ ਕਾਠਦੀ ਹੈ ਧੌਣ ਬੜੀ ਵੱਡੀ ਹੈ ਕੰਨ ਬੜੇ ਲੰਮੇ ਨੇਗੇ ਬਾਕੀ ਬਗਲੀ ਬਵਲੀ ਚਾਚਾ ਨਾਲ ਆ ਗਾਜੇ ਵਾਸੀ ਆ ਐਦਾਂ ਤਾਂ ਨਹੀਂ ਦੇਣੀ ਹੈਗੀ ਕਹਿਣ ਤੋਂ ਭਾਵ ਵੀ ਲੰਬੀ ਲੰਝੀ ਬੱਕਰੀ ਹੈਗੀ ਕੋਈ ਮਾੜੀ ਧਾੜੀ ਚੀਜ਼ ਨਹੀਂ ਹੈਗੀ ਹੈ ਨਾ ਦੇਣੀ ਕਿੱਥੇ ਤੱਕ ਹੈ ਬਾਈ ਤੁਸੀਂ ਬੱਕਰੀ 70,000 ਦੀ ਦੇਵਾਂਗੇ ਵੀਰੇ 50-55 ਤਾਂ ਦੇ ਤੜਕੇ ਦਾ 4 ਗੇੜੇ ਮਾਰ ਗਏ ਬੰਦੇ ਅੱਛਾ ਹਾਂਜੀ ਲੈ ਗੱਲ ਹੁੰਦੀ ਹੈ ਸ਼ੁਰੂ ਕਰਨ ਦੀ ਆਪਾਂ ਨੇ ਜਮਾਂ ਕੱਚਾ ਮੁੱਲ ਲਾਤਾ ਸੀਗਾ ਇਹਨਾਂ ਨੇ ਕਰ ਦੇਣੀ ਹੈਗੀ ਇਹ ਗੁੱਸਾ ਨਹੀਂ ਗੁੱਸਾ ਕਾਹਦੇ ਵਾਸਤੇ ਕਰਨਾ ਮੁੱਲ ਲਾਇਆ ਧੰਨਵਾਦ ਤੁਹਾਡਾ ਆ ਜਾਓ
ਫੇਰ ਹੀ ਅੱਗੇ ਚੱਲੂ ਗੱਡੀ ਜੀ ਹਾਂ ਚੱਲੂ ਜੀ ਚੱਲੂ ਹੈ ਨਾ ਆਹ ਬੰਦਾ ਕਿ ਮੈਸੀ ਆਉਂਦਾ ਵੈਸੇ 23 ਤੋਂ 35 ਤੇ ਹੀ ਗਿਆ ਕੰਮ 23 ਤੋਂ ਸਿੱਧਾ 35 ਤੇ ਬਾਕੀ ਗੱਲ 25-26 ਉਹ ਬੱਕਰੀਆਂ ਵੱਡੀਆਂ ਨੇ ਬਾਈ ਸਾਰੇ ਅੱਛਾ ਵੇਚਤੀਆਂ ਪਹਿਲਾਂ ਤੇਰਾ ਉਹ ਘੱਟ ਕੀਮਤ ਵਾਲੀਆਂ ਨੇ ਬਾਕੀ ਉਹ ਘੱਟ ਕੀਮਤ 'ਚ ਵੀ ਹੈਗੀਆਂ ਨੇ ਬਾਈ ਠੀਕ ਆ ਪੱਠਾ ਵੇਚੀਆਂ ਨੇ ਬਾਈ 40,000 ਦੀ ਮਹਿੰਗੀ ਅੱਜ ਸਾਰੀ ਆਹੀ ਪੱਠਾ ਸਾਰੀ ਹਾਂਜੀ ਹਾਂ ਸਾਰੀਆਂ ਨਾਲੋਂ ਮਹਿੰਗੀ ਇਹੀ ਹੈ ਬਾਈ ਸਾਰੀ ਮੰਡੀ ਤੋਂ ਹੀ ਮਹਿੰਗੀ ਹੈ ਨਹੀਂ ਸਾਰੀ ਮੰਡੀ ਤੋਂ ਤਾਂ ਨਹੀਂ ਆਪਾਂ ਇਹ ਗੱਲ ਕਹਿੰਦੇ ਧੀਕ ਤੋਂ ਧੀਕ ਪਈ ਆ ਬਾਈ ਜਿਹੜੀ ਉਹ ਥੱਲੇ ਬੈਠੀ ਉਸ ਵੀ ਉਹ ਵੇਚ ਗਈਆਂ ਬਾਈ ਦੋ ਪੱਠਾ ਵੇਚ ਗਈਆਂ ਹਾਂ ਪੱਠਾ ਹੀ ਨੇ ਉਹ ਤਾਂ ਦੋਨੇ ਅੱਛਾ ਆਹ ਵੇਚ 40 ਦੀਆਂ ਦੇ ਦਿੱਤੀਆਂ ਕਿਹੜੀਆਂ ਕਿਹੜੀਆਂ ਆਹ ਆਹ ਤੇ ਆਹ ਇਹਦਾ ਪੱਠਾ ਹੀ ਨੇ ਵੀਰੇ ਹੁਣ ਲਵਾਈਆਂ ਹੋਈਆਂ ਤਾਂ ਘਰੋਂ ਹੀ ਲਿਆਂਦੀਆਂ ਜੀ ਆਪਾਂ ਕੱਬਣਾਂ ਨੇ ਨਹੀਂ ਹੁਣ ਦੀਆਂ ਹੋਈਆਂ ਹੋਈਆਂ ਨੇ ਬਾਈ ਕੋਈ ਮਹੀਨੇ ਮਹੀਨੇ ਡੇਢ ਡੇਢ ਦੀਆਂ ਕਹਿ ਕੇ ਦਿੱਤੀਆਂ ਨੇ ਹਾਂ ਜੀ ਕਹਿ ਕੇ ਦਿੰਦਾ ਜੀਰੋ ਫੰਡਰ ਕਰਕੇ ਦਿੱਤੀਆਂ ਨੇ ਬਾਈ ਆਹ ਠੀਕ ਆ ਨਾ ਕੰਮ ਹਾਂ ਜੀ ਜੀਰੋ ਕਰਕੇ ਹਾਂ ਜੀ ਹਾਂ ਹੁਣ ਆਹ ਤਿੰਨ 2.5 ਮਹੀਨਿਆਂ ਦੀ ਗੱਬ ਸੀਗੀ ਉਹ ਮਹੀਨੇ ਦੀ ਗੱਬ ਸੀ ਇਹਨਾਂ ਦੀ ਕੀ ਗਰੰਟੀ ਦੇਵਾਂਗੇ ਆਪਾਂ ਠੀਕ ਹੈ ਗਰੰਟੀ ਤਾਂ ਦੇਣੀ ਨਹੀਂ ਬਾਈ ਇਹਨੂੰ ਜੀਰੋ ਫੰਡਰ ਕਰਕੇ ਦਿੱਤੀਆਂ ਨੇ ਕੀ ਬਾਤ ਠੀਕ ਆ ਬਾਈ ਹਾਂ ਠੀਕ ਆ ਜੀ ਜੀਰੋ ਡਰਿੱਲ ਹੀ ਕਰਕੇ ਹਾਂ ਜੀ ਹਾਂ ਜੀਰੋ ਡਰਿੱਲ ਮਾਰ ਲਈ ਆ ਜਾਓ ਮੈਨੂੰ ਦਿਖਾਈ ਜਾਂਦਾ ਮੇਰੇ ਕੋਲ ਤਾਂ ਇਹ ਵੀ ਖਾਣੀ ਬਾਈ ਰੇਟ ਕਰੋ ਦੰਦ ਕੀ ਆ 25,000 ਦੋ ਦੰਦ ਦੋ ਦੰਦ ਹੋਈ ਪਈ ਦੱਸ ਲੈ ਹਾਂ ਬੋਲ ਕਿੰਨੇ ਪੈਸੇ ਦੀਆਂ ਦੱਸੋ ਬਾਈ 6,000-7,000 ਕੁਛ ਤਾਂ ਬੋਲੋ 18,000 ਦੀ ਹੈਗੀ ਆ ਬਾਈ ਯਾਰ ਹਜੂ ਐ ਨਾ ਕਰੋ ਯਾਰ ਰੇਟ ਮੰਗਣ ਲੱਗੇ ਆਹ ਕੰਮ ਨਾ ਕਰਿਆ ਕਰੋ ਜਾਂ ਪੱਕੇ ਬੰਦੇ ਤੂੰ ਆਪ ਹੀ ਹਿਸਾਬ ਨਾ ਬਾਈ ਯਾਰ ਇੱਧਰ ਮੈਂ ਕਰਾ ਇੱਕ ਮਿੰਟ ਇੱਕ ਮਿੰਟ ਸੁਣ ਮੇਰੀ ਗੱਲ ਲੈ 7,000 ਰੁਪਈਆ ਬਾਈ ਫੜੋ ਕਰ ਨਾ ਯਾਰ ਹੱਦ ਹੋ ਗਈ ਹੁਣ ਕਿਵੇਂ ਬਾਅਦ ਤੁਸੀਂ ਆਪ ਗੁੱਸਾ ਕਰ ਲੈਣਾ ਕੋਈ ਲੈ ਜਾ ਤੂੰ ਯਾਰ 127 ਤੇ 3 ਆਊਟ ਹੋ ਗਏ ਬਈ ਇੱਕ ਚੌਕਾ ਮਾਰਿਆ ਲੈ ਮੈਚ ਦੀ ਨਾਲ ਕਮੈਂਟਰੀ ਵੀ ਕਰੀ ਜਾਂਦਾ ਮੈਂ ਸਾਰਾ ਉਹ ਦੱਸਾਂਗੇ ਜਿੱਤਾਉਨੇ ਆਪਾਂ ਇੰਡੀਆ ਨੂੰ ਬੇਫਿਕਰ ਹੋ ਜਾ ਖੜੇ ਖੜੇ ਆਪਾਂ ਬੈਟਿੰਗ ਚੱਲ ਰਹੀ ਹੈਗੀ ਵੇਖ ਖਵਾਣੀ ਕਰਦੀ ਤੂੰ ਹੋਰ ਕੀ ਚੱਲ ਤੂੰ ਲੈ ਜਾ ਜਿੰਨੀ ਪੱਕੇ 17 ਓਵਰ ਦੋ ਕਿੰਨੇ ਹੋ ਗਏ ਠੋਕ ਕੇ ਲੈ ਜਾ ਬਸ ਚਲੋ ਅੱਛਾ ਪੱਕੀ ਜੀ ਕਿੰਨੀ ਜੀ ਇੱਥੇ ਬੋਗ ਵੀ ਦਿੱਤੇ ਹੋਂ ਪਹਿਲਾਂ ਪੰਜੀਆਂ ਨੇ ਮੁੰਡਾ ਦੇਖ ਲੈ ਬਾਈ ਇੱਧਰ 133 ਰਨ ਹੋ ਗਏ ਦੋ ਆਊਟ ਨੇ ਉੱਤੇ ਤਿੰਨ ਆਊਟ ਨੇ ਉੱਤੇ ਅਲਦਾ ਤਿੰਨ ਨਹੀਂ ਨੇ ਵੀਰੇ ਮੀਂਹ ਚੱਲਣੀ ਤੇਰੇ ਆ ਬੱਕਰੀ ਆ ਲੈ ਕਾ ਤੂੰ ਚੱਲਣੀ ਯਾਰ ਕੋਈ ਇਹੋ ਜੀ ਚੀਜ਼ ਹੈ ਜਿਹੜੀ ਨਾ ਚੱਲੀ ਹੋਵੇ ਸਾਡੇ ਤੇਰਾ ਤੁਰੋਂ ਤੋਂ ਉੱਤੇ ਸਾਨੂੰ ਲੱਗੀ ਨਾ ਪਹਿਲਾਂ ਮੈਨੂੰ ਇਹੋ ਜੀ ਚੀਜ਼ ਹੈਗੀ ਜਿਹੜੀ ਨਾ ਚੱਲੀ ਹੋਵੇ ਕਿੰਨੇ ਲਾਤੇ ਬਾਈ ਇਹਨੇ ਇਹ ਤਾਂ ਬੜੇ ਘੱਟ ਨਹੀਂ 9,000 ਕਿਹੜੀ ਦਾ ਮੈਨੂੂੰ ਦਿਖਾ ਤਾ ਦਿਓ ਉਹ ਪੱਟ ਮੱਖੀ ਜੀ ਨੇ ਬਾਈ ਦੋਂਦੀ ਹੋਈ ਪਈ ਆ ਜਾਂ ਖੀਰੀ ਹੁੰਦੀ ਮੈਂ ਇਹੀ ਪੱਟ 12-13,000 ਦੀ ਪਾ ਲੈਣੀ ਸੀ ਹੁਣ ਦੋਂਦੀ ਹੋਈ ਹੋਈ ਕੀ ਕਰੇਗਾ 12-13 ਦੀ ਪਊ ਤੇਰੀ ਨਹੀਂ 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 ਪੈਣੀ ਮਾਨ ਤਾਂ ਲੈ ਬਾਬਾ ਕੱਢ ਲੈ ਨਾ ਆ ਫੜ ਲੈ ਫੜ ਲੈ ਫੜ ਬਾਈ ਫੜਾ ਦੇ ਫੜਾ ਦੇ ਚੱਕ ਬਾਈ ਹੁਣ ਤਾਂ ਵੀਰੇ ਫੜ ਦੇ ਓ ਯਾਰ ਕਾਹਨੂੰ ਤੂੰ ਕਰੀ ਜਾਂਦਾ ਕੀ ਕਹਿੰਦਾ ਬਾਈ ਕੀ ਆਦਤ ਹੈ ਜਾਇਜ਼ ਤਾਂ ਗਿਆ ਸਾਡੇ ਲਿਆਜ ਕਰਕੇ ਆਪਾਂ ਛੱਡਦੇ ਆ ਲਿਆਜ ਕਰਕੇ ਛੱਡ ਦੇ ਚੱਲ 9 ਦੀ ਜੇ ਆਪਣੇ ਲਿਆ ਜਾ ਨਾ ਜੇ ਤੇਰੀ ਲਿਆ ਜਾ ਇੱਕ ਮਿੰਟ ਸੁਣ ਲਾ ਮੈਂ 18 ਗਿਆ ਮੈਂ 18 ਗਿਆ ਵਾ ਉਹ ਕਹੀ ਜਾਏਗਾ ਤੂੰ ਜਿੰਨੇ ਬੋਲ ਲੱਗਦੇ ਕਹਿਣ ਨੂੰ ਤਾਂ ਕਹੀ ਜਾਏਗਾ ਨਾਲ ਮੈਚ ਦੇਖ ਰਹੇ ਆ ਕੰਮ ਛੱਡਾ ਬੱਲ ਲੈਣ ਦੇਣੇ ਗੱਲ ਕਰ ਬਸ ਨਹੀਂ ਕਿੰਨੇ ਨੂੰ ਮਰਜੀ ਗਈ ਦੇਖ ਬਾਈ ਇਹ ਸੋਡੇ ਚੱਲੇ ਹੁਣ ਆਪਾਂ ਪੁੱਗਦੇ ਕਿੰਨੇ ਨੂੰ ਮਰਜੀ ਕਹੀ ਜੀ ਲਿਓ 5-4 ਬੋਲੀ ਰਹਿ ਗਈਆਂ ਜੀ ਦੇਖਣੀਆਂ ਨੇਗੀਆਂ ਅੱਛਾ ਦੇਖਣੀਆਂ ਵਾ ਚੱਕ ਫਿਰ 10,000 ਨੂੰ ਕਰ ਦੇ ਜਾ ਭਰਾਇਆ ਨੂੰ ਓ ਫੜ ਲੈ ਮੁੰਡੇ ਕਰ ਲੈ ਓ ਲੱਗੀ ਰਹੇ ਤੂੰ ਲਿਆਜ ਵੀ ਹੁੰਦੀ ਹੈ ਕੋਈ ਫੜਾ ਪੱਟ ਕੀ ਕਹਿੰਦੇ ਨੇ ਯਾਰ ਹੋ ਗਈ ਪੱਟ ਲੈ 134 ਰਨ ਹੋ ਗਏ 17 ਓਵਰ 4 ਗੇਂਦਾਂ ਹੋ ਗਈਆਂ ਆਇਓ ਇੱਥੇ ਮੈਚ ਦੇਖ ਰਹੇ ਆ ਅਸੀਂ ਨਾਲ ਦੀ ਨਾਲ ਮਾਸ਼ਾਅੱਲਾ ਇਹ ਪੱਟ ਮੈਂ ਲਈ ਆ ਹਾਂ ਉਹ ਕੁਆਲਿਟੀ ਦੀ ਪੱਟ ਪੂਰੀ ਕੁਆਲਿਟੀ ਮਾਸ਼ਾਅੱਲਾ ਦੇਖੋ ਬਾਈ ਨੂੰ 10,000 ਪੂਰਾ ਕਹਿ ਦਿੱਤਾ ਹੁਣ ਉਹ ਦੇ ਨਹੀਂ ਅਜੇ ਵੀ ਨਾ ਕਰੀ ਜਾਂਦਾ ਮੈਂ ਤਾਂ ਵੀਡੀਓ ਤੇ ਬੋਲ ਵੀ ਦਿੱਤਾ ਵੀ ਲੈ ਲਈ ਬਾਈ ਮੈਂ ਆਪਾਂ ਕੋਈ ਓਲਾ ਰਾਹ ਦੇ ਆ ਇਹਦਾ ਬੋਲਤੀ ਕੋਈ ਗੱਲ ਨਹੀਂ ਤੇਰਾ ਕਹਿੰਦਾ ਓ ਯਾਰ ਤੇਰਾ ਕਿਵੇਂ ਹੋ ਜੂਗਾ ਛੋ ਦੋਂਦੀ ਪੱਠ ਹੋਈ ਪਈ ਆ ਯਾਰ ਆ ਇਹਨਾਂ ਨਾ ਕਰੋ ਯਾਰ ਕਰ ਦਿਓ ਬੜਾ ਸ਼ੌਂਕੀ ਬਾਈ ਕਾਹਨੂੰ ਐਵੇਂ ਤੇਰੀ ਮਰਜ਼ੀ ਆ ਪੌਣੀ ਪਾ ਲੈ ਨਹੀਂ ਮੈਨੂੰ ਕੋਈ ਤੱਕ ਨਹੀਂ ਕੋਈ ਨਹੀਂ ਦੀਦੀ ਦਾ ਬੋਏ ਨੂੰ
बड़ी लिस्सी पठ है यार कानू है मैं तेरी मर्जी ले फड़ा नहीं नहीं रहने दे छोड़ पा ना ना पैसे नहीं मोड़ी देंदे मोड़ रे कम तो होते नहीं पैसे मोड़ भाई तू का मोड़ी है ना भाई ना मैं तो मोड़दा नहीं ले रहा आहा आहा पठा आहा डब्बी पा आई है मियां जी मियां जी राजन भाई अच्छा इधर चार आउट हो गए ले भी चार आउट हो गए जोर लाया पे जिता इधर तो जित गए इधर करंट च बंदा आउट हो गया छोटिया पट नहीं पता जी के आउट हो गया चलो कोई आउट हो गया मैं तुम दस दंगा लुदरी बकरी सैट वाले बाज आउट हो गया बकरी तेरी मैं ले लेना मेनू वाजिब रेट जा दस दे इथे बकरी तू दस हजार करी करी कमाल ले बाबा इन्होंने कुछ दस ही नहीं मैनू भी की मांगदे आ लुतरी बकरी दे 35,000 यार हैरानी वाली गल है फिर कहां 15,000 दी बकरी पा दे साई दे साई ले भाई फड़ पढ़ ली होगी बकरी लिया भी लेके जाओ बकरी भाई लेके जाओ लेके ओ भाई लुतरी लुतरी बकरी आ कान इधर आ जा इधर आ जा इधर आ जा चल हुन तू दे दे कमना और ना कान हो कर दे जल्दी ना कान काटा बकरी दे नहीं तेरी है नहीं मेरी है भाई पक्का मुल्ल दस हुनी सौदा कराउणा है हुनी पक्का जी जदों ही रहूगा पक्का ले पक्का मारो आपा फिर मैं जमा कच कटा मारो पक्का भी आया नु 2000 हो रहे 17,000 दी बकरी रह गई चलो फल लेके जाओ जी पैसे निकले नी बड़ी गल खाते च मार लो ना बच्चा लेके जाओ ऐ कर भाई एक चौका मार दे इधरों भी चौका बजा एक चौका मार पंजे ही ला दे पंजे ही मार चट भाई साढ़े दी होगी अल्लाह हुण तू मरी जाना दिमाग है सेट साजू लिया फड़ा क्या हुंदे नहीं छड़ दो चल भाई एदा मुल नहीं बन जाएगा एक बंदा भी अजू ना तो भाई रेट बंदा ही होंदा मैं देख लिया चार आउट ने
ਪਰ ਨਕਦੜਾ ਹੋਈ ਵੀ ਤੂੰ 20000 ਲੈ ਚੱਲ 20000 ਦੀ ਹੋ ਗਈ ਯਾਰ ਹੋ ਗਈ ਹੋ ਗਈ 20000 ਚੱਲ ਹੋ ਗਈ ਯਾਰ ਹੁਣ ਤਾਂ ਪੈਸੇ ਤੇਰਾ ਦਿਮਾਗ ਸੈੱਟ ਹੈ ਹੁਣ ਚੱਲ ਚੱਲ ਆ ਜਾ ਹੁਣ ਤਾਂ ਪੈਸੇ ਠੀਕ ਸੀ ਅੱਛਾ ਆਓ ਬਈ ਤੇਰਾ ਸ਼ੌਂਕੀ ਬਾਈ ਜਿਹੜਾ ਬਾਈ ਹੈ ਇਹ ਬਤਾ ਜਰਾ ਓ ਬਾਈ ਸ਼ੌਂਕੀ ਇਧਰ ਆਓ ਨਾਲ ਮੈਚ ਦਿਖਾ ਇਧਰ ਆ ਮੇਰੀ ਆਓ ਆਓ ਚੱਲ ਦਿਖਾ ਕਿਹੜੀ ਪਾਠਾ ਕਿ ਪੈਸੇ ਬਾਈ ਮੈਂ ਇਹ ਕਹਿ ਰਹਾ ਥਾ ਇਧਰ ਆਓ ਜਰਾ ਕਿਤਨੇ ਬੱਚੇ ਅਭੀ ਲੈਣੇ ਔਰ छोटे बच्चे लेने कितने चार चार पांच महीने के नहीं बेटे चलने दा खान वाला पट्ठा लेनी है बकरी होगी चलो माशाल्लाह ले भी आ बकरी को और दिखाऊंगे इधर सौदा भी हो गया सदीक चाचे ने करवाया गा ठीक है ना ये बाई दी बकरी है ਕਿਹੜੀ ਜਗ੍ਹਾ ਤੋਂ ਹੈ ਵੀਰੇ ਮਾਨਸਾ ਤੋਂ ਵੀਰੇ ਮਾਨਸਾ ਤੋਂ ਮਾਨਸਾ ਕਿਹੜਾ ਖਾਸ ਮਾਨਸਾ ਵੀਰੇ ਮੋੜ ਮਾਨਸਾ ਸ਼ਹਿਰ ਤੋਂ ਜਮਾ ਵੀਰੇ ਅੱਛਾ ਕਿੰਨੇ ਕੁ ਬੱਕਰੀਆਂ ਰੱਖਦੇ ਵੀਰੇ ਆਪਣੇ ਕੋਲੇ ਵੀਰੇ ਚਾਰ ਪੰਜ ਨਗੀ ਹੈ ਬਸ ਅੱਛਾ ਕਿੰਨੀਆਂ ਲਿਆਏ ਸੀ ਅੱਜ ਉਰੇ ਆਪਾਂ ਤਿੰਨ ਲੈ ਕੇ ਆਏ ਸੀ ਚਾਰ ਲੈ ਕੇ ਆਏ ਸੀ ਵੀਰੇ ਕਿੰਨੀ ਵਿਕੀਆਂ ਦੋ ਵੇਚਤੀਆਂ ਦੋ ਰਹਿ ਗਈਆਂ ਦੋ ਵੇਚਤੀਆਂ ਜੀ ਵੀਰੇ ਦੋ ਰਹਿ ਗਈਆਂ ਦੋ ਰਹਿ ਗਈਆਂ ਬਾਈ ਆਹ ਵੇਚਤੀਆਂ ਹਾਂ ਵੀਰੇ ਇੱਕ ਆਹ ਵੇਚਤੀ ਇੱਕ ਪਹਿਲਾਂ ਕੀ ਡਿਟੇਲ ਦੀ ਬੱਕਰੀ ਹੈਗੀ ਡਿਟੇਲ ਵੀਰੇ 8 ਦੰਦ ਹੈਗੀ ਨਵੇਂ ਦੰਦ ਨੇ ਵੀਰੇ ਠੀਕ ਹੈ ਮਹੀਨਾ ਕਰ ਗਿਆ ਸੂਨ ਦੇ ਵਿੱਚ ਰੇ 4 ਮਹੀਨਾ ਦੀ ਗੱਬਣਾ ਵੀਰੇ ਪਹਿਲਾਂ ਕਿਵੇਂ ਰਿਹਾ ਰਿਕਾਰਡ ਇਹਦਾ ਪਹਿਲਾਂ ਵਧੀਆ ਵੀਰੇ ਹਰ ਸੂਏ 3 ਬੱਚੇ ਦਿੰਦੀ ਹੈ ਇਹ ਵੀਰੇ ਅੱਛਾ ਕੈਮਾ ਸੂਆ ਲਾਊਗੀ ਹੁਣ ਇਹ ਆਪਣੇ ਕੋਲ ਚੌਥਾ ਸੂਣਾ ਵੀਰੇ ਚੌਥਾ ਸੂਆ ਲਾਊਗੀ ਜੀ ਵੀਰੇ ਲੈ ਵੀ ਕੀ ਲੱਗਦਾ ਵੀ ਇਤਕੀ 3 ਆਊਗੇ ਬੱਚੇ ਆਉਣਗੇ ਉਹ ਤਾਂ ਹੁਣ ਕੁਦਰਤ ਦੀ ਖੇਡ ਆ ਜੀ ਅੰਦਰ ਦਾ ਕਿਹਨੂੰ ਪਤਾ ਪਹਿਲਾਂ ਪੱਕਾ ਇਹਨੇ ਹਾਂ ਵੀਰੇ ਹਾਂ ਪੱਕਾ ਵੀਰੇ ਜਮਾ ਠੀਕ ਹੈ ਲੈ ਵੀ ਹਾਈਟ ਕੀ ਕਿੰਨੀ ਕੁ ਹੋਈ ਇਹਦੀ ਹਾਈਟ ਵੀਰੇ ਮਿਨੀ ਅੰਦਾਜ਼ਾ ਲਗਭਗ ਹੋਊਗੀ 30-35 ਹੋਊਗੀ ਰਾਮ ਆਪਣੇ ਬਾਈ ਕਾਲੇ ਨੇ ਲਈ ਆ ਵੀ ਚੀਜ਼ਾਂ ਵਧੀਆ ਲੈਂਦਾ ਗਾ ਕਿੰਨੀ ਕੁ ਪਸੰਦ ਆ ਕਾਲੇ ਬੱਕਰੀ ਹੈ ਵਧੀਆ ਪੂਰੀ ਪਸੰਦ ਵਧੀਆ ਨੇ ਮਨ ਨੂੰ ਲੱਗੀ ਤਾਂ ਹੀ ਲੈ ਲਿਆ ਇਹ ਬੰਦੇ ਨੇ ਕਰਾਇਆ ਹੁੰਦਾ ਹਾਂ ਬਾਈ ਸਹੀ ਹੈ ਜਾਂਦਾ ਦੇਖ ਨੇ ਕਰਾਇਆ ਖਾ ਕੜ ਕੇ ਨੱਕਾ ਮੋੜ ਕੇ ਮੈਂ ਪਾਣੀ ਕਿ ਹੋਰ ਵੱਡੂ ਹੁਣ ਅੱਛਾ ਵੱਡੀ ਗੱਲ ਸੌਦਾ ਹੋ ਗਿਆ ਹੋਰ ਕਿੰਨੀ ਹੋ ਰਹੀ ਹੈਗੀ ਨਾ ਬਾਈ ਕਿਹੜੀ ਆ ਦਿਖਾਈ ਉਰੇ ਦਿਖਾਉਣੇ ਤੁਹਾਨੂੰ ਤੁਸੀਂ ਕਰੋ ਬਾਈ ਇੱਧਰ ਗੱਲਬਾਤ ਆਹ ਖੜੀ ਹੈਗੀ ਆਹ ਖੜੀ ਹੈ ਟੁੰਗਾਲੀ ਵਾਗੀ ਪੰਧੇਰ ਵਾਗਿਆ ਉੱਥੋਂ ਸ਼ੌਂਕ ਜਿਹਾ ਪੈ ਗਿਆ ਚੰਗੀ ਚੀਜ਼ ਲਈਦੀ ਆ ਮਾੜੀ ਚੀਜ਼ ਕੰਮ ਨਹੀਂ ਕਰਦੇ ਕੰਮ ਦਾ ਆਪਣਾ ਮੈਡੀਕਲ ਖਰੀਦ ਵੀ ਲੈਣ ਵੇਚ ਵੀ ਖਰੀਦ ਵੀ ਲੈਣੇ ਵੇਚ ਵੀ ਲੈਣੇ ਠੀਕ ਹੈ ਇੱਕ ਉਹ ਲਈ ਆ ਤੁਸੀਂ ਆਹ ਲਈ ਆ ਮੰਡੀ ਚੋਂ ਬੰਦਾ ਘੈਂਟ ਆ ਪਾਰਖੂ ਆ ਯਾਰ ਆਪ ਹੀ ਖਰੀਦੀ ਹੈ ਆਪ ਹੀ ਖਰੀਦੀ ਹੈ ਠੀਕ ਹੈ ਇਹ ਕਿਵੇਂ ਪਤਾ ਲੱਗ ਗਿਆ ਵੀ ਐਂ ਖਰੀਦਣੀ ਚਾਹੀਦੀ ਹੈ ਜੀ ਬਾਈ ਮੰਡੀਆਂ 'ਚ ਆ ਕੇ ਜਿਹੋ ਜਿਹੇ ਕੰਮ 'ਚ ਪੈ ਜਾਂਦਾ ਬੰਦਾ ਤੁਹਾਡੀਆਂ ਵੀਡੀਓ ਦੇਖ ਦੇਖ ਕੇ ਲੋਕਾਂ ਤੋਂ ਪੁੱਛ ਕੇ ਕਿਵੇਂ ਕੀ ਦੰਦ ਹੁੰਦੇ ਪਹਿਲਾਂ ਐਂ ਨਹੀਂ ਪਤਾ ਹੁੰਦਾ ਜੀ ਜਿਹੋ ਜਿਹੇ ਕੰਮ 'ਚ ਪੈ ਜਾਂਦੇ ਅਗਲ ਆ ਜਾਂਦੀ ਹੈ ਸਹੀ ਗੱਲ ਠੀਕ ਹੈ ਹੁਣ ਅੱਜ ਕੱਲ੍ਹ ਮੈਡੀਕਲ ਕੰਪਨੀ 'ਚ ਕੰਮ ਕਰਦਾ ਉਹ ਵੀ ਨਹੀਂ ਪਤਾ ਪਹਿਲਾਂ ਕਿਵੇਂ ਕਰਦੇ ਹੁਣ ਉਹਨਾਂ ਨੇ ਸਿਖਾਤਾ ਉਵੇਂ ਤੁਰੇ ਫਿਰਦੇ ਬਸ ਠੀਕ ਹੈ ਠੀਕ ਨਾ ਵੀ ਰਾਤ ਤੋਂ ਸ਼ੌਂਕ ਜੀ ਅੰਦਰ ਕੀ ਕਰਨਾ ਬੱਕਰੀਆਂ ਦਾ ਹਨਾ ਕਰਕੇ ਦੇਖ ਲਿਆ ਕਰੀ ਜਾਂਦੇ ਆ ਬਾਈ ਕਿਉਂਕਿ ਸ਼ੌਂਕ ਨੂੰ ਜ਼ਰੂਰ ਇੱਕ ਵਾਰ ਦੇਖੋ ਆਪਾਂ ਕਹਿੰਦੇ ਹਾਂ ਜਿਹਦੇ ਵੀ ਕੋਈ ਅੰਦਰ ਕਿਸੇ ਚੀਜ਼ ਦਾ ਜਨੂੰਨ ਆ ਨਾ ਇੱਕ ਵਾਰ ਜ਼ਰੂਰ ਦੇਖੋ ਉਸ ਚੀਜ਼ ਨੂੰ ਠੀਕ ਹੈ ਚਲੋ ਬਾਈ ਧੰਨਵਾਦ ਹੈ ਧੰਨਵਾਦ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਸੁਰਿੰਦਰ ਵੀਰੇ ਸੁਰਿੰਦਰ ਬਾਈ ਲੈ ਧੰਨਵਾਦ ਤੁਹਾਡਾ ਸੁਰਿੰਦਰ ਬਾਈ ਦਾ ਪੱਠਾ ਵੀ ਵਧੀਆ ਖਰੀਦ ਰਿਹਾ ਬਾਈ ਵੇਚ ਵੀ ਵਧੀਆ ਚੀਜ਼ਾਂ ਰਹੇਗਾ ਚੰਗੀਆਂ ਚੀਜ਼ਾਂ ਨੇਗੀਆਂ ਧੰਨਵਾਦ ਕਰ ਦਿਆਂਗੇ ਅੱਗੇ ਚੱਲਦੇ ਹਾਂ ਆ ਬੱਕਰੀ ਦਿਖਾਉਣੇ ਬਾਈਆਂ ਦੀ ਡਬਲ ਚੀਜ਼ ਹੈਗੀ ਮੱਖੀ ਚੀਨੀ ਇਹ ਮੱਖੀ ਚੀਨੀ ਹੁੰਦੀ ਆ ਹਾਂਜੀ ਮੱਖੀ ਚੀਨੀ ਕੀ ਹਾਲ ਆ ਬਾਈ ਠੀਕ ਆ ਬਾਈ ਜੀ ਅੱਛਾ ਫੜੀ ਗਲ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਐਨੋ ਹੋ ਗਈ 2 ਮਹੀਨੇ ਜੀ 2 ਮਹੀਨੇ ਪੱਠਾਂ ਦੋਏ ਪੱਠਾਂ ਨੇ ਕਿ ਦੋਨੇ ਪੱਠਾਂ ਜੀ ਦੋਏ ਪੱਠਾਂ ਏਸੇ ਦੀਆਂ ਨਾ ਹਾਂਜੀ ਹਾਂਜੀ ਠੀਕ ਹੈ ਕੱਦ ਕੱਦ ਬੜ ਕਿੰਨਾ ਕਹਦਾ ਬੱਕਰੀ ਦਾ ਕੱਦ ਹੈਗਾ ਜੀ 39 ਇੰਚ ਜੀ ਮੁੱਲ ਕੀ ਇਹਦਾ ਮੁੱਲ ਜੀ 50000 ਕਰਦੇ 50000 ਮੁੱਲ ਵੀ ਸਰੀ ਲਾਤਾ ਬਾਈ ਬੱਚੇ ਸੋਹਣੇ ਨੇ ਬੱਕਰੀ ਦੇਖੋ ਜੀ ਬੱਕਰੀ ਚੰਗੀ ਜੀ ਦੇਣੀ ਕਿੱਥੇ ਤੱਕ ਵੈਸੇ ਕਿੰਨਾ ਲੱਗਿਆ ਮੁੱਲ ਮੁੱਲ 35000 ਲੱਗਿਆ ਜੀ ਦੰਦਾਂ ਦੀ ਕਿਵੇਂ ਇਹ ਮਾਰੀ ਧਾਰਾਂ ਬਾਈ ਮੇਮਣੇ ਤਗੜੇ ਨੇ ਬਾਈ ਇਹਨਾਂ ਤੋਂ ਬੰਦਿਆਂ ਤੋਂ ਮੇਮਣੇ ਨੀ ਸਮਝਦੇ ਹੈਗੇ ਮੇਮਣੇ ਹੀ ਕੱਟੇ ਬਣੇ ਪਏ ਨੇ ਆ ਦੇਖੋ ਧਾਰਾਂ ਮਾਰੀ ਬਾਈ ਆ ਲੈ ਤਗੜੇ ਕੰਮ ਇਹਨਾਂ ਦਾ ਬੰਦਿਆਂ ਦਾ ਵਪਾਰ ਵਾਲਾ ਬੱਕਰੀ ਸਾਫ਼ ਲਗਾਉਣ ਦੀ ਸਾਰੀ ਪੱਠਾ ਤੇ ਮਾਰ ਬਈ ਆ ਕੈਮਰਾ
दोवे पठा दे नैण नक्श देख लो सोहनिया ने। वड्डी गल है परतीलियां भी ने। छड्ड दे भाई औखा हो रहा तू, छड्ड दे भाई औखा हो रहा भाई, भज भी ना जान। दो महीने हो गए सूईया नू, हाँ जी हाँ जी, बकरी नू क्या बात है। एक मक्खी चीनी है गी और डब्बी जी है, ठीक है भाई। अच्छा हाँ मैं मंगता जी, मैं उधर दिता नहीं कहता, कार्ड दे के जाइ मैं। किन्नी बकरियां बेचतियां अच्छा? अज पांच बेचती। और की है सूईया कि आ जाओ आ फट ला भाई आ जाओ आयो आ क्या पैसे देगी एदा 15 15000 वाली ने 15000 लै भी घट मुल वाली 15000 एदा 15000 एदा नाल की देंगे भाई कुछ नहीं सून वाली गबना टोकड़ा गबना कै महीने दी गबना गी एही ए 2.5 महीने 2.5 महीने दी हां जी दंदा दी साफ आई जमा नवी 8-8 है गियां हां जमा 8-8 जी 8-8 दंद लै भी ਘੱਟ ਮੁੱਲ ਵਾਲੀਆਂ ਬੱਕਰੀਆਂ ਨੇ ਬਾਕੀ ਰੇਟ ਕਰੋਗੇ ਬਾਈ ਦੇ ਰੇਟ ਤੇ ਨਾ ਜਾਇਓ ਮੈਂ ਪਹਿਲਾਂ ਕਹਿਣਾ ਹੁੰਦਾ ਵੀ ਆਪੀ ਕਰ ਲੈਣਗੇ ਗੱਲਬਾਤ ਤੁਹਾਡੇ ਨਾਲ ਜਿਵੇਂ ਤੁਸੀਂ ਇਹਨਾਂ ਨਾਲ ਮੁੱਲ ਲਾਉਂਦੇ